ਐਕਟਿਵਾ 'ਚ ਪੈਟਰੋਲ ਭਰਵਾ ਕੇ ਘਰ ਪਰਤ ਰਹੇ ਸ਼ਖਸ ਦੇ ਨਾਲ ਹਾਦਸਾ ਵਾਪਰਿਆ। ਜਿੱਥੇ ਚੱਲਦੀ ਹੋਈ ਐਕਟਿਵਾ ਬੰਦ ਹੋ ਗਈ ਤਾਂ ਸ਼ਖਸ ਨੇ ਉਤਰ ਕੇ ਐਕਟਿਵਾ ਨੂੰ ਕਿੱਕ ਮਾਰੀ ਤਾਂ ਉਸਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ, ਜਿਸ ਨੂੰ ਦੇਖ ਕੇ ਇਹ ਸ਼ਖਸ ਇੱਕ ਪਾਸੇ ਖੜਾ ਹੋ ਜਾਂਦਾ ਹੈ ਤੇ ਉਹਦੀਆਂ ਅੱਖਾਂ ਦੇ ਸਾਹਮਣੇ ਹੀ ਸਾਰੀ ਦੀ ਸਾਰੀ ਐਕਟਿਵਾ ਸੜ ਕੇ ਸੁਆਹ ਹੋ ਜਾਂਦੀ ਹੈ ਤੇ ਸਿਰਫ ਢਾਂਚਾ ਹੀ ਰਹਿ ਜਾਂਦਾ ਹੈ। ਤਸਵੀਰਾਂ ਦੇਖੋ ਜਿਸ ਵਿੱਚ ਐਕਟਿਵਾ ਨੂੰ ਅੱਗ ਲੱਗੀ ਹੋਈ ਹੈ, ਕਿਸ ਕਦਰ ਅੱਗ ਦੀਆਂ ਲਪਟਾਂ ਉੱਠ ਰਹੀਆਂ ਨੇ ਅਤੇ ਇਹ ਸਾਰੀ ਦੀ ਸਾਰੀ ਐਕਟਿਵਾ ਸੜ ਕੇ ਸੁਆਹ ਹੋ ਗਈ ਹੈ। ਗਨੀਮਤ ਇਹ ਰਹੀ ਹੈ ਕਿ ਇਸ ਸਕੂਟੀ ਨੂੰ ਚਲਾਉਣ ਵਾਲਾ ਸ਼ਖਸ ਅੱਗ ਦੇ ਕੇ ਇੱਕ ਪਾਸੇ ਖੜਾ ਹੋ ਗਿਆ ਸੀ। ਹਾਲਾਂਕਿ ਉਸਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਨਾਕਾਮ ਰਹੀ, ਕਿਉਂਕਿ ਅੱਗ ਇੰਨੀ ਤੇਜ਼ ਸੀ ਕਿ ਉਸਦੇ ਕੋਲ ਵੀ ਨਹੀਂ ਜਾਇਆ ਜਾ ਰਿਹਾ ਸੀ ਅਤੇ ਅੱਗ ਦੇਖਦੇ ਹੀ ਦੇਖਦੇ ਪੂਰੀ ਸਕੂਟੀ ਨੂੰ ਲੱਗੀ ਤੇ ਸਾਰੀ ਦੀ ਸਾਰੀ ਸਕੂਟੀ ਸੜ ਕੇ ਸੁਆਹ ਹੋ ਗਈ। ਸ਼ਖਸ ਨੇ ਦੱਸਿਆ ਹੈ ਕਿ ਉਹ ਪੈਟਰੋਲ ਪੰਪ ਤੋਂ ਐਕਟਿਵਾ ਦੇ ਵਿੱਚ ਪੈਟਰੋਲ ਭਰਵਾ ਕੇ ਉੱਥੋਂ ਨਿਕਲਿਆ ਤਾਂ ਰਾਹ ਦੇ ਵਿੱਚ ਅਚਾਨਕ ਸਕੂਟੀ ਬੰਦ ਪੈ ਗਈ ਤਾਂ ਉਸਨੇ ਉਤਰ ਕੇ ਸਕੂਟੀ ਨੂੰ ਕਿੱਕ ਮਾਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਕਿੱਕ ਮਾਰ ਰਿਹਾ ਸੀ ਤਾਂ ਅਚਾਨਕ ਉਸਦਾ ਧਿਆਨ ਪਿਆ ਕਿ ਸਕੂਟੀ ਦੇ ਹੇਠੋਂ ਅੱਗ ਨਿਕਲ ਰਹੀ ਹੈ, ਜਿਸ ਨੂੰ ਦੇਖ ਕੇ ਉਹ ਇੱਕਦਮ ਇੱਕ ਪਾਸੇ ਖੜਾ ਹੋ ਗਿਆ ਤੇ ਫਿਰ ਹੌਲੀ ਹੌਲੀ ਸਾਰੀ ਸਕੂਟੀ ਨੂੰ ਅੱਗ ਲੱਗ ਗਈ ਅਤੇ ਕੁਝ ਮਿੰਟਾਂ ਵਿੱਚ ਸਕੂਟੀ ਸੜ ਕੇ ਸੁਆਹ ਹੋ ਗਈ। ਗਨੀਮਤ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਹ ਮਾਮਲਾ ਜਲੰਧਰ ਦੇ ਬਸਤੀ ਪੀਰ ਦਾਦਰ ਰੋਡ ਤੋਂ ਸਾਹਮਣੇ ਆਇਆ, ਜਿੱਥੇ ਪੁਲ ਦੇ ਨਜ਼ਦੀਕ ਇੱਕ ਐਕਟਿਵਾ ਅਚਾਨਕ ਅੱਗ ਦੀ ਲਪੇਟ 'ਚ ਆ ਗਈ। ਅੱਗ ਕਿਸ ਤਰ੍ਹਾਂ ਲੱਗੀ ਅਜੇ ਤੱਕ ਸਾਫ਼ ਨਹੀਂ ਹੋਇਆ, ਪਰ ਇਹ ਜ਼ਰੂਰ ਹੈ ਕਿ ਜਿਵੇਂ ਹੀ ਗੱਡੀ ਬੰਦ ਪਈ ਤਾਂ ਸ਼ਖਸ ਦੇ ਵੱਲੋਂ ਉਤਰ ਕੇ ਉਸਨੂੰ ਕਿੱਕ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਕਿੱਕ ਮਾਰ ਰਿਹਾ ਸੀ ਤਾਂ ਉਸਦਾ ਧਿਆਨ ਪਿਆ ਕਿ ਐਕਟਿਵਾ ਦੇ ਹੇਠੋਂ ਅੱਗ ਨਿਕਲ ਰਹੀ ਹੈ ਤਾਂ ਉਸਨੇ ਸਿਆਣਪ ਵਰਤਦਿਆਂ ਉਸ ਐਕਟਿਵਾ ਨੂੰ ਇੱਕ ਪਾਸੇ ਖੜਾ ਕਰ ਦਿੱਤਾ ਅਤੇ ਖੁਦ ਦੂਰੀ ਤੇ ਖੜਾ ਹੋ ਗਿਆ ਤੇ ਉਸਦੇ ਸਾਹਮਣੇ ਹੀ ਇਸ ਸਾਰੀ ਦੀ ਸਾਰੀ ਐਕਟਿਵਾ ਸੜ ਕੇ ਸੁਆਹ ਹੋ ਗਈ। 4 ਦਿਨ ਮੈਂ ਸਟਾਰਟ ਕੀਤੀ ਹੈ। ਅੱਛਾ ਜੀ। ਤਾਂ ਸਟਾਰਟ ਕਰਕੇ ਮੈਂ ਇੱਥੇ ਹੀ ਪਹੁੰਚਿਆ ਤਾਂ ਨਾਲ ਹੀ ਇਹਨੂੰ ਹਲਕੀ ਬੰਦ ਹੋਈ ਹੈ। ਨਹੀਂ, ਕਿੱਥੋਂ ਆ ਕਿੱਥੋਂ ਰਹੀ ਭਾਈ ਦੀ? ਭਾਜੀ ਮੈਂ ਲਾਗੇ ਮਾਰਿਆ। ਅੱਛਾ ਜੀ, ਗੱਲਬਾਤ ਹੋਈ ਕਿੱਦਾਂ? ਅੱਗ ਕਿੱਦਾਂ ਲੱਗ ਗਈ ਮਤਲਬ? ਭਾਜੀ ਪੂਰੀ ਗੱਲ ਤਾਂ ਸੁਣ ਲਓ, ਮੈਂ ਇੱਥੋਂ ਆ ਰਿਹਾ, ਇੱਥੇ ਮਿਸਿੰਗ ਹੋਈ ਹੈ, ਮੈਂ ਖੜੀ ਕੀਤੀ ਹੈ, ਮੈਂ ਕਿੱਕ ਮਾਰ ਲੱਗਾ, ਕਿੱਕ ਮਾਰਦੇ ਦੇਖਿਆ ਥੱਲੇ ਅੱਗ ਲੱਗੀ ਹੈ, ਮੈਂ ਸਾਈਡ ਤੇ ਹੋ ਗਿਆ। ਨਹੀਂ, ਪੈਟਰੋਲ ਵਗੈਰਾ ਪਵਾ ਕੇ ਆ ਰਿਹਾ? ਪੈਟਰੋਲ ਪਵਾਇਆ ਮੈਂ। ਕਿਹੜੇ ਪੰਪ ਤੋਂ? ਆ ਐਚਪੀ ਵਾਲੇ। ਅੱਛਾ। ਹਾਂ ਤੇ ਕੋਈ ਪ੍ਰੋਬਲਮ ਸੀ ਪਹਿਲਾਂ ਐਕਟਿਵਾ ਨੂੰ? ਭਾਜੀ ਕਿੱਦਾਂ? ਕੋਈ ਪ੍ਰੋਬਲਮ ਨਹੀਂ, ਚੱਲਦੀ ਹੈ ਭਾਜੀ, ਉੱਥੋਂ ਇੱਥੋਂ ਤੱਕ ਚੱਲ ਰਹੀ ਹੈ, ਪ੍ਰੋਬਲਮ ਹੁੰਦੀ ਚੱਲਣੀ ਕਿੱਥੋਂ? ਨਹੀਂ, ਕਿੱਥੋਂ ਲੈ ਕੇ ਤੂੰ ਜਾ ਰਹੇ ਸੀ ਮੈਨੂੰ ਐਕਟਿਵਾ? ਕਿੱਥੋਂ ਲੈ ਕੇ ਆ ਰਹੇ ਸੀਗੇ? ਭਾਜੀ ਇਹ ਐਚਪੀ ਵਾਲਾ ਪੰਪ ਨਹੀਂ, ਬਾਬਾ ਗੇਲ HDFC ਉੱਥੋਂ ਦੀ ਇੱਧਰ ਆ ਰਹੇ ਸੀ। ਹਾਂ ਠੀਕ ਹੈ। ਤੇ ਕਿੱਦਾਂ ਐਕਟਿਵ ਮਤਲਬ ਅੱਗੇ? ਇੱਥੇ ਮਿਸ ਹੋਈ ਹੈ, ਮਿਸ ਹੋਈ, ਮੈਂ ਕਿੱਕ ਲਾਉਣ ਦੀ ਕੋਸ਼ਿਸ਼ ਕੀਤੀ ਔਰ ਨਾਲ ਹੀ ਦੇਖਿਆ ਥੱਲੇ ਆ ਗਿਆ। ਤੁਸੀਂ ਤਾਂ ਮੈਂ ਸਾਈਡ ਤੇ ਹੋ ਗਿਆ। ਇਕੱਲੇ ਸੀਗੇ ਤੁਸੀਂ? ਹੈ ਨੁਕਸਾਨ ਤਾਂ ਨਹੀਂ ਆ ਕਿਸੇ? ਨਹੀਂ ਨਹੀਂ, ਕੋਈ ਨੁਕਸਾਨ ਨਹੀਂ। ਐਕਟਿਵਾ ਦਾ ਨੁਕਸਾਨ ਹੋਇਆ? ਇਕੱਲੇ ਨਹੀਂ ਭਾਜੀ? ਹਾਂ ਭਾਜੀ, ਮੈਂ ਇਕੱਲੇ ਹੀ ਸੀ। ਨਹੀਂ, ਕਿਹੜਾ ਮਾਡਲ, ਕਿਹੜਾ ਐਕਟਿਵਾ ਕਿਹੜੀ ਸੀ? ਇਹ 2008 ਮਾਡਲ ਸੀ। 2008 ਮਾਡਲ। ਕੀ ਨਾਮ ਕੀ ਭਾਈ ਤੁਹਾਡਾ? ਆਸ਼ੀਸ਼ ਸ਼ਰਮਾ ਜੀ। ਕਿੱਥੇ ਰਹਿੰਦੇ ਹੋ ਜੀ? ਹਾਂ MS ਫਰਮ ਦੇ।